ਜਾਣਦੇ ਜੀ, ਇਹ ਤੁਹਾਨੂੰ ਜਾਣਦੇ ਹੋ, ਸਰਕਾਰ ਨੂੰ ਜਾਣਦੇ ਹੋ, ਮਾਂ ਪਿਓ ਨੂੰ ਨਸੀਬ ਹੋਵੇ। ਇੱਕ ਬੰਦਾ ਲੰਗਰ ਕਰ ਰਿਹਾ ਸੀ ਤੇ ਮੈਂ ਵਿੱਚ ਬੈਠਾ ਸਾਂ, ਉਹ ਜਦੋਂ 11ਵੀਂ ਰੋਟੀ ਨੂੰ ਫੇਰਾ ਦਿੱਤਾ ਨਾ, ਤੇ ਐਸੇ ਮੁਜਾਹਿਦ ਹੈ ਨਾ ਬੰਦੇ, ਮੈਂ ਤੁਹਾਨੂੰ ਹਕੀਕਤ ਪਿਆ ਦੱਸਣਾ ਬਈ, ਐਸੇ ਮੁਜਾਹਿਦ ਬੰਦੇ ਆ ਮਜਮੇ 'ਚ ਬੈਠੇ ਨੇ, 11ਵੀਂ ਰੋਟੀ ਨੂੰ ਜਦੋਂ ਉਸ ਫੇਰਾ ਦਿੱਤਾ ਮੈਂ ਗੁਨਾਹਗਾਰ ਅੱਖਾਂ ਨਾਲ ਪਿਆ ਵੇਂਦਾ ਸਾਂ, ਤੇ ਘਰ ਵਾਲੇ ਨੇ ਸਵਾਲ ਕਰ ਲਿਆ, ਉਹ ਜਿਹੜਾ ਲੰਗਰ ਲੈ ਕੇ ਆ ਰਿਹਾ ਸੀ ਤਾਜ਼ਾ ਰੋਟੀ, ਉਹ ਸਕਾ ਵੀ ਤੇਰਾ ਨਾਂ ਕੀ ਹੈ, ਉਹਨੇ ਫਿਰ ਜਵਾਬ ਦਿੱਤਾ, ਉਹ ਸਕਾ ਜੀ ਮੇਰਾ ਨਾਂ ਹੈ ਸਾਬਰ ਹੁਸੈਨ। ਕੀ ਨਾਂ ਹੈ? ਉਹ ਬੰਦੇ ਨੇ ਹੱਥ ਬੰਨ ਕੇ ਆਖਿਆ, ਉਹ ਸਕਾ ਤੈਨੂੰ ਕੁਰਾਨ ਦੇ 30 ਸਪਾਰਿਆਂ ਦਾ ਵਾਸਤਾ, ਜਾਂ ਨਾਂ ਬਦਲਾ ਤੇ ਜਾਂ ਲੰਗਰ ਕਟਾ। ਕਈ ਬੰਦੇ ਮੈਂ ਵੇਖੇ ਨਾ ਹਾਜੀ, ਉਹ ਆਂਦੇ ਨੇ ਅਸੀਂ 7 ਹੱਜ ਪੜ੍ਹੇ ਨਾ, ਅਸੀਂ ਅਲਹਾਜ ਆ, ਅਸੀਂ ਸਿੰਗਲ ਹਾਜੀ ਨਹੀਂ ਬਕਾਇਦਾ ਅਲਹਾਜ ਆ। ਅੱਛਾ, ਮਸਜਿਦ ਚਜ਼ਾਨ ਵੀ ਅਸੀਂ ਦਿੰਦੇ ਹਾਂ। ਅੱਛਾ, ਇਮਾਮ ਦੇ ਸੱਜੇ ਪਾਸੇ ਵੀ ਅਸੀਂ ਖੜਨੇ ਆ। ਅੱਛਾ, ਅਸੀਂ ਅਲਹਾਜ ਆ। ਤੇ ਮੈਂ ਆਖਿਆ ਸੁਣਾਓ ਹਾਜੀ ਸਾਹਿਬ, ਅੱਬੇ ਦੀ ਜਦਾਦ ਕਿੰਨੀ ਸੀ? ਅੱਗੇ 2 ਭਰਾ ਸਾ ਤੇ ਅੱਬੇ ਕੋਲ ਮੁਰੱਬਾ ਸੀ। ਤੇ ਮੈਂ ਆਖਿਆ ਫਿਰ ਭੈਣਾਂ, ਆਖੇ ਭੈਣਾਂ 4-3 ਸਨ। ਤੇ ਮੈਂ ਆਖਿਆ ਅੱਜ ਤੇ ਭੈਣਾਂ ਲੈ ਗਈਆਂ। ਉਹ ਫਿਰ ਮੈਨੂੰ ਕਹਿਣ ਲੱਗਿਆ ਜੀ ਅਸੀਂ ਹਾਜੀ ਸੀ। ਅਸੀਂ ਕੀ ਸੀ? ਅਸੀਂ ਹਾਜੀ ਸੀ। ਵੰਡ ਕੇ ਖਾਓ ਢੇਰ ਸਾਰੇ ਬੰਦੇ, ਵੰਡ ਕੇ ਸ਼ੈ ਕੋਈ ਨੀ ਜੇ ਖਾਂਦਾ। ਤਾਰ ਤੋੜੋ ਨਾ ਬਾਈ, ਮਿਹਰਬਾਨੀ ਕਰਿਓ, ਢੇਰ ਸਾਰੇ ਬੰਦੇ ਵੰਡ ਕੇ ਨੀ ਖਾਂਦੇ। ਜਾਣਦੇ ਜੀ, ਇਹ ਤੁਹਾਨੂੰ ਜਾਣਦੇ ਹੋ, ਸਰਕਾਰ ਨੂੰ ਜਾਣਦੇ ਹੋ, ਮਾਂ ਪਿਓ ਨੂੰ ਨਸੀਬ ਹੋਵੇ। ਅੱਗੇ ਮੈਂ ਸਮਝਦਾ ਸੀ ਬੰਦੇ ਆਉਂਦੇ ਨੇ ਵੀ ਬਹੁਤਾ ਖਾਣ ਨਾਲ ਬੰਦਾ ਮੋਟਾ ਹੁੰਦਾ, ਤੇ ਮੈਂ ਇਸ ਗੱਲ ਨੂੰ ਨਹੀਂ ਸੀ ਮੰਨਦਾ। ਤੇ ਵੈਸੇ ਕਈ ਬੰਦੇ ਹੁੰਦੇ ਨੱਲਾ ਦੇ। ਉਹ ਇੱਕ ਜਗ੍ਹਾ ਤੇ ਇੱਕ ਬੰਦਾ ਲੰਗਰ ਕਰ ਰਿਹਾ ਸੀ, ਲੰਗਰ ਇਹ ਲਫ਼ਜ਼ ਜ਼ਰਾ ਘਰ 'ਚ ਮਸ਼ਹੂਰ ਕਰ ਦਿਓ, ਆਹ ਰੋਟੀ ਤੇ ਖਾਣੀ ਹੈ ਨਾ, ਘਰਦਿਆਂ ਨੂੰ ਆਖੋ ਲੰਗਰ ਪੱਕਿਆ। ਕੋਈ ਮਹਿਮਾਨ ਆ ਜਾਏ ਤੇ ਉਹਨੂੰ ਆਖੋ ਭਾਈ ਜੀ ਲੰਗਰ ਖਾਣਾ ਹੀ, ਇਹ ਜ਼ਰਾ ਗੱਲ ਅੱਜ ਤੋਂ ਬਾਅਦ ਮਸ਼ਹੂਰ ਕਰੋ। ਆਪਣੇ ਘਰ 'ਚ ਜਦੋਂ ਵੀ ਖਾਣਾ ਖਾਣਾ ਨਾ, ਆਖੋ ਜੀ ਅੱਜ ਲੰਗਰ 'ਚ ਕੀ ਪੱਕਿਆ, ਅੱਜ ਕੀ, ਮਾਂ ਜੀ ਨੂੰ ਆਖੋ ਮਾਂ ਜੀ ਅੱਜ ਲੰਗਰ ਸ਼ਰੀਰ 'ਚ ਕੀ ਪੱਕਿਆ। ਕੋਈ ਪੁਰਾਣਾ ਆਵੇ ਤੈਨੂੰ ਆਖੋ ਭਾਈ ਜੀ ਲੰਗਰ ਖਾਣਾ ਜੀ, ਲੰਗਰ ਬੜਾ ਅੱਛਾ ਲੱਭਦ। ਇੱਕ ਬੰਦਾ ਲੰਗਰ ਕਰ ਰਿਹਾ ਸੀ ਤੇ ਮੈਂ ਵਿੱਚ ਬੈਠਾ ਸਾਂ, ਉਹ ਜਦੋਂ 11ਵੀਂ ਰੋਟੀ ਨੂੰ ਫੇਰਾ ਦਿੱਤਾ ਨਾ, ਤੇ ਐਸੇ ਮੁਜਾਹਿਦ ਹੈ ਨਾ ਬੰਦੇ, ਮੈਂ ਤੁਹਾਨੂੰ ਹਕੀਕਤ ਪਿਆ ਦੱਸਣਾ ਬਈ, ਐਸੇ ਮੁਜਾਹਿਦ ਬੰਦੇ ਆ ਮਜਮੇ 'ਚ ਬੈਠੇ ਨੇ, 11ਵੀਂ ਰੋਟੀ ਨੂੰ ਜਦੋਂ ਉਸ ਫੇਰਾ ਦਿੱਤਾ ਮੈਂ ਗੁਨਾਹਗਾਰ ਅੱਖਾਂ ਨਾਲ ਪਿਆ ਵੇਂਦਾ ਸਾਂ, ਤੇ ਘਰ ਵਾਲੇ ਨੇ ਸਵਾਲ ਕਰ ਲਿਆ, ਉਹ ਜਿਹੜਾ ਲੰਗਰ ਲੈ ਕੇ ਆ ਰਿਹਾ ਸੀ ਤਾਜ਼ਾ ਰੋਟੀ, ਉਹ ਸਕਾ ਵੀ ਤੇਰਾ ਨਾਂ ਕੀ ਹੈ, ਉਹਨੇ ਫਿਰ ਜਵਾਬ ਦਿੱਤਾ, ਉਹ ਸਕਾ ਜੀ ਮੇਰਾ ਨਾਂ ਹੈ ਸਾਬਰ ਹੁਸੈਨ। ਕੀ ਨਾਂ ਹੈ? ਉਹ ਬੰਦੇ ਨੇ ਹੱਥ ਬੰਨ ਕੇ ਆਖਿਆ, ਉਹ ਸਕਾ ਤੈਨੂੰ ਕੁਰਾਨ ਦੇ 30 ਸਪਾਰਿਆਂ ਦਾ ਵਾਸਤਾ, ਜਾਂ ਨਾਂ ਬਦਲਾ ਤੇ ਜਾਂ ਲੰਗਰ ਕਟਾ। ਨਾ ਸਾਬਰ ਹੁਸੈਨ, ਰੋਟੀ 11ਵੀਂ, ਕੋਈ ਅੱਲਾ ਵੀ ਬਾਹਰ ਗਾਹ ਵਿੱਚ ਵੀ ਜਾਣਾ, ਇੱਕ ਵਾਰੀ ਸੁਭਾਨ ਅੱਲਾ ਆਖੋ ਤੇ ਉੱਚੀ ਆਖੋ, ਤੀਜੀ ਗੱਲ ਦੀ ਥੋੜ੍ਹੀ ਜਿਹੀ ਵੰਡ ਚਾਹਨਾ ਮੈਂ। ਤੀਸਰੀ ਗੱਲ ਹੈ, ਬੱਚਾ ਵੰਡ ਕੇ ਖਾਂਦਾ ਤੇ ਸਾਨੂੰ ਵੰਡ ਕੇ ਖਾਣਾ ਚਾਹੀਦਾ। ਕਈ ਬੰਦੇ ਮੈਂ ਵੇਖੇ ਨਾ ਹਾਜੀ, ਉਹ ਆਂਦੇ ਨੇ ਅਸੀਂ 7 ਹੱਜ ਪੜ੍ਹੇ ਨਾ, ਅਸੀਂ ਅਲਹਾਜ ਆ, ਅਸੀਂ ਸਿੰਗਲ ਹਾਜੀ ਨਹੀਂ ਬਕਾਇਦਾ ਅਲਹਾਜ ਆ। ਅੱਛਾ, ਮਸਜਿਦ ਚਜ਼ਾਨ ਵੀ ਅਸੀਂ ਦਿੰਦੇ ਹਾਂ। ਅੱਛਾ, ਇਮਾਮ ਦੇ ਸੱਜੇ ਪਾਸੇ ਵੀ ਅਸੀਂ ਖੜਨੇ ਆ। ਅੱਛਾ, ਅਸੀਂ ਅਲਹਾਜ ਆ। ਤੇ ਮੈਂ ਆਖਿਆ ਸੁਣਾਓ ਹਾਜੀ ਸਾਹਿਬ, ਅੱਬੇ ਦੀ ਜਦਾਦ ਕਿੰਨੀ ਸੀ? ਅੱਗੇ 2 ਭਰਾ ਸਾ ਤੇ ਅੱਬੇ ਕੋਲ ਮੁਰੱਬਾ ਸੀ। ਤੇ ਮੈਂ ਆਖਿਆ ਫਿਰ ਭੈਣਾਂ, ਆਖੇ ਭੈਣਾਂ 4-3 ਸਨ। ਤੇ ਮੈਂ ਆਖਿਆ ਅੱਜ ਤੇ ਭੈਣਾਂ ਲੈ ਗਈਆਂ। ਉਹ ਫਿਰ ਮੈਨੂੰ ਕਹਿਣ ਲੱਗਿਆ ਜੀ ਅਸੀਂ ਹਾਜੀ ਸੀ। ਅਸੀਂ ਕੀ ਸੀ? ਅਸੀਂ ਹਾਜੀ ਸੀ। ਮੁਲਾਜ਼ਮ ਹੁਸੈਨ ਦੀ ਗੱਲ ਸੁਣ ਲਓ, ਜ਼ਿੰਦਗੀ ਦਾ ਪਤਾ ਨਹੀਂ ਮੈਂ ਭਾਂ ਖੜੀ ਕਰਕੇ ਗੱਲ ਪਿਆ ਕਰਨਾ, ਤੂੰ 7 ਹੱਜ ਨਹੀਂ 700 ਹੱਜ ਵੀ ਪੜ੍ਹ ਲੈ, ਅੱਲਾ ਦੇ ਘਰ ਦਾ ਤਵਾਫ ਕਰਦਾ ਕਰਦਾ ਉੱਥੇ ਮਰ ਜਾ, ਮੱਕੇ ਵਿੱਚ ਦਫ਼ਨ ਵੀ ਹੋ ਜਾ, ਜਦ ਤੱਕ ਭੈਣ ਦਾ ਹੱਕ ਨਹੀਂ ਦੇਗਾ ਨਾ, ਉਦੋਂ ਤੱਕ ਜੰਨਤ ਦੀ ਖੁਸ਼ਬੂ ਵੀ ਨਹੀਂ ਸੁੰਘ ਸਕੇਗਾ, ਜਦ ਤੱਕ ਭੈਣ ਆਪਣਾ ਹੱਕ ਤੈਨੂੰ ਮਾਫ਼ ਨਹੀਂ ਕਰੇਗੀ, ਵੰਡ ਕੇ ਖਾ। ਔਲਾਦ ਦੇ ਪਿੱਛੇ ਲੱਗ ਕੇ ਭੈਣ ਦਾ ਹੱਕ ਪਿਆ ਖਾਨਾ, ਬੰਦੇ ਦਾ ਪੁੱਤਰ ਬਣ, ਇਹਨਾਂ ਦੇ ਪਿੱਛੋਂ ਤੈਨੂੰ ਦੁਆ ਵੀ ਨਹੀਂ ਮੰਗਣੀ, ਇਹਨਾਂ ਤੇ ਤੇਰੀ ਕਬਰ ਦੀ ਜ਼ਿਆਰਤ ਵੀ ਨਹੀਂ ਕਰਨੀ, ਵੰਡ ਕੇ ਖਾ। ਔਰ ਮੇਰੀ ਇਹ ਗੱਲ ਯਾਦ ਰੱਖੋ, ਔਰ ਮੈਂ ਸਾਰੇ ਮਜਮੇ ਨੂੰ ਆਉਣਾ ਪਿਆ, ਜ਼ਰਾ ਤਬੀਅਤ ਹਾਜ਼ਰ ਕਰਕੇ ਸੰਜੀਦਾ ਹੋ ਕੇ ਮੇਰੀ ਬਾਤ ਸੁਣੀ ਜਾਏ। ਭੈਣ ਕੋਲ ਜਦੋਂ ਵੀ ਜਾਣਾ, ਹਾਲਾਤ ਤੇਰੇ ਜੈਸੇ ਵੀ ਹੋਣ, ਖਾਲੀ ਹੱਥ ਨਾ ਜਾਣੀ।
اوتھے 10 روپے بھی دےویں تے اودے سسرال دے سامنے دےویں تاکہ اس بات تے فخر کر دی اس بات دی عزت محسوس کر دی بندے دا پتر بن تے حیا کر بڑا چھوٹا ہے تے اونوں نال وی ونڈ کے کھا ٹھیک ہے تیرے بھرا دا کردار چنگا نہیں اودا اخلاق چنگا نہیں او تیری ادب احترام نہیں کردا مگر پھر بھی ون کے کھا بھرا دا کردار نہ ویکھ اپے دی قبر دا حیا کر ون کے کھا آ جڑے بندیاں نے بھنا دے حق شک دینے نا تے بندے حاجی شاجی بڑے پھر دین مغالتے چ نہ رہیو لتر وجن کے ٹکا کے ہسن کی گل ہے ہس پہ نہیں ویسے ہسن والی نہیں رون والی ہے جہے ہسے انہوں نے میں ناراض نہیں کیونکہ کئی بندے طبیعت تن ایسے ہوں نا انہوں نے میں کبھی وہ ذہن بدلا وا یہ ہسن والی بات ہی نہیں یہ تو رون والی بات ہے حق دے شہید جب جامع شہادت روش کرتا وہ گناہ معاف ہو جاتے ہیں لیکن وہ قرض معاف نہیں ہوں جب تک اس قرض نہ دیتا تے شہید تو بھی پوچھا جائے گا بھن کا جڑا تو حق دینا ہی وہ بھن کا قرض ہے تیرے تے جی وہ حق منگ بیٹھی انہیں اپنے باپ کی جداد منگی ہے تیرے کو کرمیا اس کی منگی ہے ایک فکر کہہ کے کہ جانا رب کی کائنات بھنا لکھا آئی تو برا بھی لکھا آئے بھن لکھا آئی برا بھی لکھا آئے بھن کائنات لکھا آئی تو برا بھی لکھا آئے لیکن رب کی کائنات حسین جیسا برا کسی کا نہیں آیا زینب جیسی بھن کسی کی نہیں آیا